ਦਨ ਮਿਊਟ ਵੇਖ ਰਹੇ ਹੋ ਤੁਸੀਂ ਮੈਂ ਆਸ਼ਿਆ ਪੰਜਾਬੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ 3 ਦਿਨਾਂ ਅਮਰੀਕੀ ਦੌਰੇ ਤੇ ਨੇ ਇਸ ਦੌਰਾਨ ਉਹ ਡੀਸੀ ਵਾਸ਼ਿੰਗਟਨ ਪਹੁੰਚੇ ਜਿੱਥੇ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਮੁਲਾਕਾਤ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਬਹਰਹਾਲ ਇਸ ਮੁਲਾਕਾਤ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਦੇ ਜ਼ਰੀਏ ਟਵੀਟ ਕਰਕੇ ਦਿੱਤੀ ਜਿਸ ਵਾਸ਼ਿੰਗਟਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਮਰੀਕਾ ਦਾ ਧੰਨਵਾਦ ਕੀਤਾ ਕਿ ਕਿਸ ਤਰ੍ਹਾਂ ਅਮਰੀਕਾ ਨੇ ਕੋਵਿਡ-19 ਦੀ ਮੁਸ਼ਕਲ ਦੌਰ ਦੇ ਦੌਰਾਨ ਭਾਰਤ ਦੀ ਸਹਾਇਤਾ ਕੀਤੀ ਇਸ ਤੋਂ ਇਲਾਵਾ ਹੋਰ ਕੀ ਰਹੀਆਂ ਖਾਸ ਹਾਈਲਾਈਟਸ ਆਓ ਮਾਰਦੇ ਹਾਂ ਇੱਕ ਨਜ਼ਰ ਔਰ ਉਹ ਸਮੇਂ ਥਾ ਜਬ ਭਾਰਤ ਕੋਵਿਡ ਦੀ दूसरी लहर से बहुत ही पीड़ित था, बड़ा संकट था कि उस समय जिस प्रकार से आत्मीयता से आपने भारत की चिंता की, जो शब्द व्यक्त किए और जो सहायता के लिए हाथ बढ़ाया, इसके लिए मैं फिर एक बार हृदय से आपका आभार व्यक्त करता हूं। बहुत ही संवेदना भरा और सहयोग का संदेश दिया था। उस समय अमेरिका की सरकार, कंपनी और इंडियन कम्युनिटी सभी मिलकर के भारत की सहायता के लिए एकजुट हो गए थे। विश्व की सबसे बड़ी और सबसे पुरानी डेमोक्रेसीज के रूप में भारत और अमेरिका नेचुरल पार्टनर है। हमारे मूल्यों में समानता है, हमारे जियोपॉलिटिकल हितों में समानता है और हमारा तालमेल और सहयोग भी निरंतर बढ़ता जा रहा है।